वाहेगुरु जी का खालसा, वाहेगुरु जी की फतेह। धन सतगुरु गुरु रामदास जी महाराज ने, धन सतगुरु गुरु हरगोबिंद साहिब जी महाराज सच्चे पातशाह ने बहुत ही वड्डी कृपा करके, बहुत त्रुट के जो सचखंड श्री हरिमंदर साहिब और श्री अकाल तख्त साहब के मुख सेवादार की जी सेवा झोली में पाई है, वह गुरु चरणों में अरदास है। मत्था टेक के गुरु चरणों में यही अरदास कर रही है कि सतगुरु जी तेरा कीता जातो ना ही मैनू योग की तोई, कि सतगुरु कृपा करके आप ही सानू इस योग कर लो कि असी ये जिहड़ियां सेवावां ने ये निभा सकी, क्योंकि गुरु की कृपा तो बिना संगत की असी संगत के सहयोग तो बिना ये सेवावां जिहड़ियां ने नहीं कीतियां जा सकदियां। गुरु आप ही कृपा कर दे ते ये सेवा की जा सकती है। सिंह सर जी, बेदबियां दा मामला जिहड़ा ना बड़े लंबे समय तो चलता आ रहा, बेदबियां जिहड़ियां गुरु ग्रंथ साहिब दीआं मिलदीआं गुरबाणी दीआं वी बेदबियां जिहड़ियां ਗੁਰਦੁਆਰਿਆਂ 'ਚ ਜਾ ਕੇ ਉੱਥੇ ਸ਼ਰੇਆਮ ਜਿਹੜੇ ਨੇ ਲੋਕ ਜਿਹੜੇ ਬੇਦਬੀਆਂ ਕਰਦੇ, ਆਪਾਂ ਕਿਸ ਤਰ੍ਹਾਂ ਇਹਨੂੰ ਤੁਸੀਂ ਰੀਸੈਂਟ ਕਰਾਂਗੇ ਸੰਗਤ ਨੂੰ ਕੀ ਇਸ ਤਰ੍ਹਾਂ? ਦੇਖੋ, ਬਹੁਤ ਸਾਰੀਆਂ ਅਪੀਲਾਂ ਪੰਥ ਨੂੰ ਪਹਿਲਾਂ ਵੀ ਕੀਤੀਆਂ ਜਾਂਦੀਆਂ, ਹੁਣ ਵੀ ਕਰਾਂਗੇ, ਔਰ ਕੋਈ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਐਸੀ ਚਲਾਉਣ ਦਾ ਯਤਨ ਕਰਾਂਗੇ ਕਿ ਜਿਹੜੀ ਜਾਗਰੂਕਤਾ ਸੰਗਤ ਦੇ ਵਿੱਚ ਪੈਦਾ ਕੀਤੀ ਜਾਏ, ਪ੍ਰਬੰਧਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਏ ਤਾਂ ਕਿ ਗੁਰੂ ਸਾਹਿਬ ਦੀ ਜਿਹੜੀ ਪਹਿਰੇਦਾਰੀ ਹੈ ਉਹਨੂੰ ਲਾਜ਼ਮੀ ਕੀਤਾ ਜਾਏ। ਜੇਕਰ ਗੁਰੂ ਸਾਹਿਬ ਦੀ ਪਹਿਰੇਦਾਰੀ ਲਾਜ਼ਮੀ ਨਹੀਂ ਕੀਤੀ ਜਾ ਸਕਦੀ ਤਾਂ ਇਹ ਬੜਾ ਔਖਾ ਹੈ ਕਿ ਬੇਦਬੀਆਂ ਨੂੰ ਅਸੀਂ ਰੋਕ ਪਾਈਏ। ਇੱਕ ਪ੍ਰਚਾਰ ਔਰ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕਰਕੇ ਸੰਗਤ ਨੂੰ ਇਸ ਤੋਂ ਜਾਣੂ ਕਰਵਾਵਾਂਗੇ। ਨੌਜਵਾਨ ਪੀੜ੍ਹੀ ਜਿਹੜੀ ਹੈ ਪਤਤ ਪੁਣੇ ਵੱਲ ਜਾ ਰਹੀ ਹੈ, ਨਸ਼ਿਆਂ ਵੱਲ ਜਾ ਰਹੀ ਹੈ, ਕਿਸ ਤਰ੍ਹਾਂ ਆਪਾਂ ਇਹਨੂੰ ਵਾਪਸ ਲਿਆਵਾਂਗੇ ਕਿ ਖਾਲਸਾ ਵੀਰ ਵਰਗੀ ਕੋਈ ਵੀਰ ਇੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤੀ? ਦੇਖੋ, ਤਕਰੀਬਨ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਸਾਰੇ ਯਤਨ ਐਸੇ ਕੀਤੇ ਜਾਂਦੇ ਨੇ, ਔਰ ਥਾਂ ਥਾਂ 'ਤੇ ਅਸੀਂ ਆਪਣੇ ਜਿਹੜੇ ਸਾਹਿਬ ਆਫਿਸ ਵੀ ਖੋਲ੍ਹੇ ਹੋਏ ਨੇ, ਧਰਮ ਪ੍ਰਚਾਰ ਦੇ ਕੇਂਦਰ ਅਸੀਂ ਬਣਾਏ ਹੋਏ ਨੇ, ਉੱਥੋਂ ਪ੍ਰਚਾਰ ਕੀਤਾ ਜਾਂਦਾ, ਔਰ ਵੱਡੀ ਗਿਣਤੀ ਵਿੱਚ ਪੰਜ ਪਿਆਰੇ ਸਾਹਿਬਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ, ਹੋਰ ਤਖ਼ਤ ਸਾਹਿਬਾਨਾਂ ਤੋਂ, ਪੰਜਾਬ ਤੋਂ ਬਾਹਰ, ਹਿੰਦੁਸਤਾਨ ਤੋਂ ਬਾਹਰ ਵੀ ਅੰਮ੍ਰਿਤ ਸੰਚਾਰ ਕਰਨ ਵਾਸਤੇ ਲੋੜ ਪੈਂਦੀ ਹੈ ਤਾਂ ਜਾਂਦੇ ਨੇ। ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਦਾ ਯਤਨ ਕੀਤਾ ਜਾਏਗਾ, ਔਰ ਤਾਂ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਕੋਈ ਪਤਿਤ ਹੋ ਰਹੇ ਨੇ ਜਾਂ ਨਸ਼ਿਆਂ ਦੀ ਵਰਤੋਂ ਕਰ ਰਹੇ ਨੇ, ਉਹਨਾਂ ਨੂੰ ਜਿਹੜਾ ਉਹ ਸਿੱਖੀ ਸਰੂਪ ਔਰ ਸਿੱਖੀ ਦੇ ਮਾਰਗ ਵੱਲ ਜਿਹੜਾ ਉਹ ਤੋਰਿਆ ਜਾਏ। ਪੰਜਾਬ ਤੋਂ ਬਾਹਰ ਸਿੱਖ ਵੱਸਦੇ ਨੇ, ਵਿਦੇਸ਼ਾਂ 'ਚ ਵੱਸਦੇ ਨੇ, ਉਹਨਾਂ ਦੀਆਂ ਵੱਡੀਆਂ ਆਸਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੁੰਦੀਆਂ ਨੇ, ਤੁਸੀਂ ਵੀ ਲੋਕ ਵਿਚਰਦੇ ਰਹੇ ਜੋ ਲੰਮਾ ਸਮਾਂ ਬਤੌਰ ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਬਤੌਰ ਗ੍ਰੰਥੀ ਸਰਖੰਡ ਸ੍ਰੀ ਹਰਿਮੰਦਰ ਸਾਹਿਬ, ਕੀ ਲੱਗਦਾ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਜਿਹੜੀ ਉਹਨਾਂ ਦੀਆਂ ਬਾਕੀ ਜਾਇਜ਼ ਉਹਨਾਂ ਦੀਆਂ ਆਸਾਂ ਨੇ, ਆਪਾਂ ਉਹਨੂੰ ਆਪਾਂ ਪੂਰਨ ਕਰਾਂਗੇ, ਕਿਸ ਤਰ੍ਹਾਂ ਦੀਆਂ ਆਸਾਂ ਹੁੰਦੀਆਂ ਨੇ? ਦੇਖੋ, ਜਿੱਥੇ ਜਿੱਥੇ ਵੀ ਕੋਈ ਹਿੰਦੁਸਤਾਨ ਤੋਂ ਬਾਹਰ ਜਾਂ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਦੂਜੇ ਸਟੇਟਾਂ ਦੇ ਵਿੱਚ ਕੋਈ ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ, ਉਹਨਾਂ ਦੀਆਂ ਕੀ ਲੋੜਾਂ ਨੇ, ਉਹਨਾਂ ਨੂੰ ਬਿਲਕੁਲ ਪੂਰਾ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਯਤਨ ਹੈ ਉਹ ਕੀਤਾ ਜਾਊਗਾ, ਤਾਂ ਕਿ ਜਿੱਥੇ ਕਿੱਥੇ ਵੀ ਸਿੱਖ ਬੈਠਾ ਉਹ ਆਪਣੇ ਆਪ ਨੂੰ ਪੰਥ ਦਾ ਹਿੱਸਾ ਮਹਿਸੂਸ ਕਰਕੇ ਮਾਣ ਕਰ ਸਕੇ, ਆਪਣੇ ਆਪ ਨੂੰ ਕਦੇ ਵੀ ਉਹ ਇਕੱਲਾ ਮਹਿਸੂਸ ਨਾ ਕਰੇ, ਸਾਰਾ ਪੰਥ ਉਹਨਾਂ ਸਿੱਖਾਂ ਦੇ ਨਾਲ ਹੈ। ਠੀਕ ਹੈ, ਠੀਕ।